ਅਧਿਆਪਕ ਸਾਥੀਓ ਅਤੇ ਪਿਆਰੇ ਬੱਚਿਓ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਸਕੂਲ ਨਿਊਜ਼ 'ਤੇ। ਅਤੇ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਕਰਾਂਗੇ 1 ਅਕਤੂਬਰ ਦੀ ਮੋਰਨਿੰਗ ਸਲਾਈਡ। ਪਿੱਛੇ ਜੇਕਰ ਤੁਸੀਂ ਕਿਸੇ ਵੀ ਡੇਟ ਦੀ ਕੋਈ ਵੀ ਮੋਰਨਿੰਗ ਸਲਾਈਡ ਦੀ ਵੀਡੀਓ ਨਹੀਂ ਦੇਖੀ ਤਾਂ ਉਹ ਸਾਰੀਆਂ ਆਪਣੇ ਚੈਨਲ 'ਤੇ ਅਪਲੋਡ ਹੈ, ਤੁਸੀਂ ਜਾ ਕੇ ਦੇਖ ਸਕਦੇ ਹੋ। ਹਰ ਇੱਕ ਦਿਨ ਦੀ ਜਿਹੜੀ ਮੋਰਨਿੰਗ ਸਲਾਈਡ ਹੈ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ, ਜਾਣਕਾਰੀ ਭਰਪੂਰ ਹੁੰਦੀ ਹੈ, ਜ਼ਰੂਰ ਦੇਖਿਆ ਕਰੋ। ਬਹੁਤ ਨੌਲੇਜ ਦੇ ਵਿੱਚ ਜਿਹੜਾ ਵਾਧਾ ਹੋਊਗਾ ਅਤੇ ਪੇਪਰਾਂ ਦੇ ਵਿੱਚ ਵੀ ਤੁਹਾਨੂੰ ਕੁਸ਼ਚਨ ਜਿਹੜੇ ਇਸ ਸਲਾਈਡ ਦੇ ਵਿੱਚੋਂ ਦੇਖਣ ਨੂੰ ਮਿਲਦੇ ਆ। ਅਤੇ ਇਸ ਦੇ ਨਾਲ ਹੀ ਆਪਾਂ ਦੱਸ ਦਈਏ ਵੀ ਕੱਲ੍ਹ 1 ਅਕਤੂਬਰ ਤੋਂ ਜਿਹੜਾ ਸਕੂਲਾਂ ਦਾ ਸਮਾਂ ਚੇਂਜ ਹੋ ਗਿਆ ਹੈ। ਪ੍ਰਾਇਮਰੀ ਸਕੂਲਾਂ ਦਾ ਸਮਾਂ ਜਿਹੜਾ ਅੱਜ 8:30 ਵਜੇ ਤੋਂ ਲੈ ਕੇ 2:30 ਵਜੇ ਦਾ ਹੋ ਗਿਆ ਹੈ ਅਤੇ ਜਿਹੜਾ ਸੈਕੰਡਰੀ ਸਕੂਲਾਂ ਦਾ ਸਮਾਂ ਉਹ 8:30 ਵਜੇ ਤੋਂ ਲੈ ਕੇ 8:50 ਦਾ ਹੋ ਗਿਆ। ਤਾਂ ਇਸ ਸਮੇਂ ਅਕੋਰਡਿੰਗ ਹੀ ਜੋ ਬੱਚਿਆਂ ਨੂੰ ਛੱਡਣ ਲੈਣ ਜਾਂਦੇ ਆ ਪੇਰੈਂਟਸ, ਉਹ ਸਮੇਂ ਦਾ ਧਿਆਨ ਰੱਖਣਗੇ ਕਿ ਇਸ ਸਮੇਂ ਹੁਣ ਬੱਚਿਆਂ ਦੇ ਸਕੂਲ ਲੱਗਣਗੇ ਅਤੇ ਉਸ ਅਨੁਸਾਰ ਬੱਚਿਆਂ ਨੂੰ ਸਕੂਲ ਛੱਡਿਆ ਜਾਵੇ ਅਤੇ ਸਕੂਲ ਤੋਂ ਲੈ ਕੇ ਆਇਆ ਜਾਵੇ। ਅਤੇ ਹੁਣ ਆਪਾਂ ਕਰਾਂਗੇ 1 ਅਕਤੂਬਰ ਦੀ ਮੋਰਨਿੰਗ ਸਲਾਈਡ। ਅੱਜ ਦਾ ਦਿਨ ਮੰਗਲਵਾਰ, ਅੱਜ ਦੀ ਮਿਤੀ 1 ਅਕਤੂਬਰ 2024। ਅੱਜ ਦਾ ਵਿਚਾਰ, ਪਿਆਰੇ ਬੱਚਿਓ, ਅੱਜ ਦਾ ਵਿਚਾਰ ਹੈ ਖੁਦ ਉਹ ਤਬਦੀਲੀ ਬਣੋ ਜੋ ਤੁਸੀਂ ਦੁਨੀਆ ਵਿੱਚ ਵੇਖਣਾ ਚਾਹੁੰਦੇ ਹੋ। ਤਾਂ ਬਹੁਤ ਸੋਹਣੀ ਲਾਈਨ ਹੈ ਬੱਚਿਓ, ਵੀ ਜੋ ਕੁਛ ਤੁਸੀਂ ਦੁਨੀਆ 'ਚ ਦੇਖਣਾ ਚਾਹੁੰਦੇ ਹੋ, ਜਿੱਦਾਂ ਦੀ ਤੁਸੀਂ ਚਾਹੁੰਦੇ ਹੋ ਵੀ ਦੁਨੀਆ ਹੋਵੇ, ਵੀ ਤੁਸੀਂ ਚਾਹੁੰਦੇ ਹੋ ਦੁਨੀਆ ਹਰੀ ਭਰੀ ਹੋਵੇ, ਚਾਰੇ ਪਾਸੇ ਪੇੜ ਪੌਦੇ ਹੋਣ, ਹਰਿਆਲੀ ਹੋਵੇ, ਪ੍ਰਦੂਸ਼ਣ ਨਾ ਹੋਵੇ, ਤਾਂ ਫਿਰ ਸਭ ਤੋਂ ਪਹਿਲਾਂ ਤੁਹਾਨੂੰ ਖੁਦ ਨੂੰ ਬਦਲਣਾ ਪਏਗਾ। ਤੁਹਾਨੂੰ ਖੁਦ ਨੂੰ ਪੇੜ ਪੌਦਿਆਂ ਦੀ ਜਿਹੜਾ ਰੱਖਿਆ ਕਰਨੀ ਪਏਗੀ, ਪੇੜ ਨਵੇਂ ਨਵੇਂ ਪੇੜ ਲਾਉਣੇ ਪੈਣਗੇ, ਉਹਨਾਂ ਨੂੰ ਪਾਣੀ ਦੇਣਾ, ਉਹਨਾਂ ਦੀ ਸਾਂਭ ਸੰਭਾਲ ਕਰਨਾ, ਖੁਦ ਵਿੱਚ ਤਬਦੀਲੀ ਲਿਆਉਣੀ ਪਊਗੀ, ਫਿਰ ਤੁਹਾਨੂੰ ਦੇਖ ਦੇਖ ਕੇ ਲੋਕ ਬਦਲਣਗੇ, ਇਸ ਤਰ੍ਹਾਂ ਸਮਾਜ ਬਦਲਦਾ। ਇਸੇ ਚੀਜ਼ਾਂ ਦੇ ਨਾਲ ਆਪਾਂ ਦੂਜੀ ਚੀਜ਼ ਜੋੜਾਂਗੇ, ਜੇਕਰ ਤੁਸੀਂ ਚਾਹੁੰਦੇ ਹੋ ਵੀ ਸਾਰੇ ਸਮਾਜ ਦੇ ਵਿੱਚ ਪੜ੍ਹੇ ਲਿਖੇ ਹੋਣ, ਵਧੀਆ ਪੜ੍ਹਾਈ ਕਰਨ, ਤਾਂ ਸਭ ਤੋਂ ਪਹਿਲਾਂ ਤੁਸੀਂ ਖੁਦ ਪੜ੍ਹਾਈ ਕਰੋ, ਵਧੀਆ ਪੜ੍ਹਾਈ ਕਰੋ, ਦੂਜਿਆਂ ਲਈ ਐਗਜ਼ਾਮਪਲ ਬਣੋ, ਫਿਰ ਉਹ ਤੁਹਾਨੂੰ ਦੇਖ ਦੇਖ ਕੇ ਕਰਨਗੇ, ਫਿਰ ਤੁਸੀਂ ਕਿਸੇ ਨੂੰ ਕੁਝ ਕਹਿ ਸਕਦੇ ਹੋ। ਇਸੇ ਤਰ੍ਹਾਂ ਜੇਕਰ ਤੁਸੀਂ ਚਾਹੁੰਦੇ ਹੋ ਵੀ ਦੁਨੀਆ ਪੂਰੀ ਇਮਾਨਦਾਰ ਹੋਵੇ, ਕੋਈ ਕਿਸੇ ਨਾਲ ਠੱਗੀ ਚੋਰੀ ਨਾ ਕਰੇ, ਤਾਂ ਸਭ ਤੋਂ ਪਹਿਲਾਂ ਤੁਸੀਂ ਇਮਾਨਦਾਰ ਬਣੋ, ਕਿਸੇ ਦਾ ਹੱਕ ਨਾ ਮਾਰੋ, ਕਿਸੇ ਦਾ ਪੈਸਾ ਨਾ ਰੱਖੋ, ਕਿਸੇ ਦੇ ਖਿਲਾਫ ਕੋਈ ਸਾਜਿਸ਼ ਨਾ ਕਰੋ, ਹਰ ਇੱਕ ਨੂੰ ਇਮਾਨਦਾਰੀ ਨਾਲ ਹੱਸ ਕੇ ਬੁਲਾਓ। ਅਤੇ ਜੇਕਰ ਤੁਸੀਂ ਆਪਣੇ ਅੰਦਰ ਉਹ ਚੀਜ਼ ਗੁਣ ਪੈਦਾ ਕਰੋਗੇ, ਫਿਰ ਦੂਸਰਿਆਂ ਨੂੰ ਦੱਸੋਗੇ ਵੀ ਇਹ ਚੀਜ਼ ਕਰਨੀ ਚਾਹੀਦੀ ਹੈ, ਅਤੇ ਦੂਸਰਾ ਤੁਹਾਨੂੰ ਇਸ ਚੀਜ਼ ਦਾ ਬਲੇਮ ਨਹੀਂ ਕਰ ਸਕਦਾ ਵੀ ਤੁਸੀਂ ਖੁਦ ਕਿਹੜਾ ਇਹ ਕੀਤਾ। ਇਸ ਕਰਕੇ ਜੇ ਤੁਸੀਂ ਖੁਦ ਕੀਤਾ ਹੋਏਗਾ, ਤੁਸੀਂ ਖੁਦ ਉਸ ਰਾਹ 'ਤੇ ਚੱਲ ਰਹੇ ਹੋਗੇ, ਫਿਰ ਦੂਸਰਾ ਤੁਹਾਨੂੰ ਇਹ ਚੀਜ਼ ਕਦੇ ਨਹੀਂ ਬਲੇਮ ਕਰ ਸਕਦਾ ਵੀ ਤੁਸੀਂ ਤਾਂ ਕਰਦੇ ਨਹੀਂ, ਸਾਨੂੰ ਗਿਆਨ ਦਿੰਦੇ ਹੋ। ਤਾਂ ਇਸ ਕਰਕੇ ਬੱਚਿਓ, ਖੁਦ ਵਿੱਚ ਪਹਿਲੇ ਤਬਦੀਲੀ ਜ਼ਰੂਰੀ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਬਦਲ ਲਿਆ ਜੋ ਤੁਸੀਂ ਸਮਾਜ ਦੇ ਵਿੱਚ ਚਾਹੁੰਦੇ ਹੋ, ਤਾਂ ਫਿਰ ਸਮਾਜ ਹੌਲੀ ਹੌਲੀ ਉਸੇ ਰੂਪ ਰੇਖਾ 'ਚ ਬਦਲਣਾ ਤੁਹਾਨੂੰ ਦਿਖੇਗਾ, ਤੁਹਾਡੀ ਸੋਚ ਦੇ ਅਕੋਰਡਿੰਗ। ਤਾਂ ਇਸ ਕਰਕੇ ਬੱਚਿਓ, ਚੰਗੇ ਗੁਣ ਆਪਣੇ ਵਿੱਚ ਪੈਦਾ ਕਰੋ, ਚੰਗੀ ਸੋਚ ਰੱਖੋ, ਸਮਾਜ ਵੀ ਚੰਗਾ ਲੱਗਣਾ ਸ਼ੁਰੂ ਹੋ ਜਾਏਗਾ। ਅੱਗੇ ਆਪਾਂ ਕਰਾਂਗੇ ਆਮ ਗਿਆਨ ਵਿਗਿਆਨ ਦੇ ਪ੍ਰਸ਼ਨ। ਤਾਂ ਸਭ ਤੋਂ ਪਹਿਲਾ ਪ੍ਰਸ਼ਨ ਹੈ, ਬਾਪੂ ਗਾਂਧੀ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਪਿਆਰੇ ਬੱਚਿਓ, ਬਾਪੂ ਗਾਂਧੀ ਜਿਹੜਾ ਮਹਾਤਮਾ ਗਾਂਧੀ ਜੀ ਨੂੰ ਕਿਹਾ ਜਾਂਦਾ ਹੈ। ਅਤੇ ਪਿਆਰੇ ਬੱਚਿਓ, ਆਪਾਂ ਤੁਹਾਨੂੰ ਫੋਟੋ ਦਿਖਾਉਂਦੇ ਹਾਂ, ਇਹ ਨੇ ਪਿਆਰੇ ਬੱਚਿਓ ਬਾਪੂ ਗਾਂਧੀ ਜੀ। ਦੇਖੋ ਪਿਆਰੇ ਬੱਚਿਓ, ਇਹਨਾਂ ਦਾ ਜਨਮ ਜਿਹੜਾ 2 ਅਕਤੂਬਰ ਨੂੰ ਹੋਇਆ ਸੀ। ਅੱਜ ਸਾਰੇ ਜਿਹੜੇ ਇਹਨਾਂ ਦੇ ਨਾਲ ਰਿਲੇਟਡ ਕੁਸ਼ਚਨ ਨੇ, ਕਿਉਂਕਿ ਕੱਲ੍ਹ ਨੂੰ 2 ਅਕਤੂਬਰ ਇਹਨਾਂ ਦਾ ਜਨਮ ਦਿਹਾੜਾ ਆ ਰਿਹਾ ਅਤੇ ਕੱਲ੍ਹ ਨੂੰ ਸਕੂਲਾਂ ਦੇ ਵਿੱਚ ਜਿਹੜੀ 2 ਅਕਤੂਬਰ ਦੀ ਛੁੱਟੀ ਹੋਏਗੀ।
ਅਤੇ ਉਸ ਦੇ ਸੰਬੰਧ ਵਿੱਚ ਜਿਹੜਾ ਸਾਰੇ ਦੇ ਸਾਰੇ ਕੁਸ਼ਚਨ ਦਿੱਤੇ ਹੋਏ ਨੇ। ਤਾਂ ਇਹ ਬਾਪੂ ਗਾਂਧੀ ਜਿਹੜੇ ਮਹਾਤਮਾ ਗਾਂਧੀ ਜੀ ਨੂੰ ਕਿਹਾ ਜਾਂਦਾ, ਇਹ ਮਹਾਤਮਾ ਗਾਂਧੀ ਜੀ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ। ਅਗਲਾ ਕੁਸ਼ਚਨ ਹੈ ਪਿਆਰੇ ਬੱਚੋ, ਮਹਾਤਮਾ ਗਾਂਧੀ ਜੀ ਦਾ ਪੂਰਾ ਕੀ ਨਾਮ ਸੀ? ਤਾਂ ਪਿਆਰੇ ਬੱਚੋ ਆਪਾਂ ਹੁਣੇ ਫੋਟੋ ਦੇਖ ਕੇ ਹਟੇ ਹਾਂ, ਮਹਾਤਮਾ ਗਾਂਧੀ ਜੀ ਦੀ ਉਹਨਾਂ ਦਾ ਜਿਹੜਾ ਪੂਰਾ ਨਾਮ ਸੀ ਨਾ, ਉੱਦਾਂ ਆਪਾਂ ਉਹਨਾਂ ਨੂੰ ਮਹਾਤਮਾ ਗਾਂਧੀ ਕਹਿੰਦੇ ਹਾਂ, ਪਰ ਉਹਨਾਂ ਦਾ ਜਿਹੜਾ ਪੂਰਾ ਨਾਮ ਸੀ ਮੋਹਨਦਾਸ ਕਰਮਚੰਦ ਗਾਂਧੀ। ਤਾਂ ਅਗਲਾ ਕੁਸ਼ਚਨ ਹੈ ਪਿਆਰੇ ਬੱਚੋ, ਮਹਾਤਮਾ ਗਾਂਧੀ ਜੀ ਦਾ ਜਨਮ ਕਦੋਂ ਹੋਇਆ? ਹੁਣ ਇਹਦੇ ਬਾਰੇ ਵੀ ਆਪਾਂ ਹੁਣੇ ਦੱਸ ਕੇ ਹਟੇ ਹਾਂ ਵੀ 2 ਅਕਤੂਬਰ ਨੂੰ, ਪਰ ਇੱਥੇ ਪੂਰਾ ਡਿਟੇਲ ਦੇ ਵਿੱਚ ਲਿਖਿਆ ਹੋਇਆ 2 ਅਕਤੂਬਰ 1869 ਈਸਵੀ। 2 ਅਕਤੂਬਰ 1869 ਈਸਵੀ, ਇੰਗਲਿਸ਼ ਆਪਾਂ ਕਹੀਏ 2 ਅਕਤੂਬਰ 1869। ਅਗਲਾ ਕੁਸ਼ਚਨ ਹੈ ਪਿਆਰੇ ਬੱਚੋ, ਭਾਰਤ ਛੱਡੋ ਅੰਦੋਲਨ ਦੌਰਾਨ ਗਾਂਧੀ ਜੀ ਨੇ ਕਿਹੜਾ ਨਾਰਾ ਦਿੱਤਾ ਸੀ? ਤਾਂ ਪਿਆਰੇ ਬੱਚੋ ਉਹਨਾਂ ਨੇ ਨਾਰਾ ਦਿੱਤਾ ਸੀ ਕਰੋ ਜਾਂ ਮਰੋ। ਤਾਂ ਇਹ ਪਿਆਰੇ ਬੱਚੋ ਇੱਕ ਤਸਵੀਰ ਹੈ ਭਾਰਤ ਛੱਡੋ ਅੰਦੋਲਨ ਦੀ, ਮਹਾਤਮਾ ਗਾਂਧੀ ਜੀ ਮਗਰ ਇੰਨੇ ਲੋਕ ਜੁੜ ਗਏ ਸੀ। ਆਪਾਂ ਇੱਕ ਚੀਜ਼ ਸੋਚ ਕੇ ਦੇਖੋ ਵੀ ਉਸ ਟਾਈਮ ਨਾ ਕੋਈ ਵਟਸਐਪ ਸੀ, ਨਾ ਕੋਈ ਸੋਸ਼ਲ ਮੀਡੀਆ ਸੀ, ਸਿਰਫ ਉਹਨਾਂ ਦੀ ਗਿਆਨ ਦੀ ਬਦੌਲਤ, ਉਹਨਾਂ ਨੂੰ ਇੰਨਾ ਗਿਆਨ ਸੀਗਾ, ਉਹਨਾਂ ਨੇ ਇੱਕ ਅੰਦੋਲਨ ਸ਼ੁਰੂ ਕੀਤਾ ਅੰਗਰੇਜ਼ਾਂ ਨੂੰ ਭਾਰਤ 'ਚੋਂ ਬਾਹਰ ਕੱਢਣ ਲਈ। ਤਾਂ ਇੰਨੇ ਲੋਕ ਉਹਨਾਂ ਦੇ ਪਿੱਛੇ ਜੁੜ ਗਏ, ਅਕਸਰ ਉਹਨਾਂ ਦੀਆਂ ਗੱਲਾਂ ਦੇ ਵਿੱਚ ਇੰਨਾ ਮੋਟੀਵੇਸ਼ਨ ਜਾਂ ਇੰਨਾ ਦਮ ਸੀਗਾ ਵੀ ਬਿਨਾਂ ਸੋਸ਼ਲ ਮੀਡੀਆ ਤੋਂ ਦੇਖੋ ਕਿੰਨੀ ਪਬਲਿਕ ਉਹਨਾਂ ਦੇ ਨਾਲ ਜੁੜੀ ਹੋਈ ਸੀ ਅੰਗਰੇਜ਼ਾਂ ਨੂੰ ਜਿਹੜਾ ਦੇਸ਼ ਦੇ ਵਿੱਚੋਂ ਬਾਹਰ ਕੱਢਣ ਦੇ ਲਈ। ਤਾਂ ਇਹ ਉਸ ਸਮੇਂ ਦੀ ਇੱਕ ਤਸਵੀਰ ਹੈ, ਤੁਸੀਂ ਦੇਖ ਸਕਦੇ ਹੋ ਕਿੰਨਾ ਇਕੱਠ ਸੀ। ਤਾਂ ਉਸ ਟਾਈਮ ਉਹਨਾਂ ਨੇ ਸਾਰੀ ਜਨਤਾ ਨੂੰ ਇੱਕ ਨਾਰਾ ਦਿੱਤਾ ਸੀ ਕਰੋ ਜਾਂ ਮਰੋ, ਵੀ ਹੁਣ ਕਰੋ ਜਾਂ ਮਰੋ ਦੀ ਸਥਿਤੀ ਹੈ, ਜਾਂ ਤਾਂ ਇੰਨਾ ਕੁ ਜੋਸ਼ ਨਾਲ ਵਰਕ ਕਰੋ ਕਿ ਅੰਗਰੇਜ਼ ਦੇਸ਼ ਛੱਡ ਕੇ ਚੱਲ ਜਾਣ, ਅਤੇ ਜਾਂ ਫਿਰ ਦੇਸ਼ ਲਈ ਲੜਦੇ ਲੜਦੇ ਮਰ ਜਾਓ। ਉਸ ਤੋਂ ਅਗਲਾ ਕੁਸ਼ਚਨ ਹੈ ਪਿਆਰੇ ਬੱਚੋ, ਭਾਰਤੀ ਕਰੰਸੀ ਨੋਟ 'ਤੇ ਕਿਸ ਦੀ ਤਸਵੀਰ ਛਪੀ ਹੁੰਦੀ ਹੈ? ਤਾਂ ਪਿਆਰੇ ਬੱਚੋ ਭਾਰਤੀ ਕਰੰਸੀ ਨੋਟ ਆਪਾਂ ਦੇਖਦੇ ਹਾਂ, ਹੁਣ ਤੁਸੀਂ ਚੀਜ਼ ਲੈਂਦੇ ਹੋ, ਕੋਈ ਸਮਾਨ ਲੈਂਦੇ ਹੋ, ਤਾਂ ਭਾਰਤੀ ਨੋਟਾਂ ਦੀ ਆਪਾਂ ਵਰਤੋਂ ਕਰਦੇ ਹਾਂ। ਅੱਜ ਦੀ ਡੇਟ ਵਿੱਚ ਇਹ ਜਿਹੜੇ ਭਾਰਤੀ ਨੋਟ ਚੱਲ ਰਹੇ ਨੇ ਆਪਣੇ, 10 ਰੁਪਏ ਦਾ, 20 ਰੁਪਏ ਦਾ, 50 ਰੁਪਏ ਦਾ, 100 ਰੁਪਏ ਦਾ, 200 ਰੁਪਏ ਦਾ ਅਤੇ 500 ਰੁਪਏ ਦਾ, ਤਾਂ ਸਾਰਿਆਂ ਦੇ ਉੱਪਰ ਤੁਸੀਂ ਜਿਹੜਾ ਦੇਖ ਰਹੇ ਹੋ ਮਹਾਤਮਾ ਗਾਂਧੀ ਜੀ ਦੀ ਜਿਹੜੀ ਤਸਵੀਰ ਛਪੀ ਹੋਈ ਹੈ। ਤਾਂ ਹਾਂਜੀ ਪਿਆਰੇ ਬੱਚੋ, ਹੁਣ ਮੈਂ ਕੱਲ੍ਹ ਲਈ ਇੱਕ ਕੁਸ਼ਚਨ ਲਿਖਣ ਲੱਗਿਆ। ਜੇ ਤੁਸੀਂ ਪਿਛਲੀਆਂ ਮੋਰਨਿੰਗ ਸਲਾਈਡ ਦੇਖੀਆਂ ਨੇ, 1-2 ਦਿਨ ਦੇ ਵਿੱਚ 28 ਸਪਤੰਬਰ ਵਾਲੀ ਮੋਰਨਿੰਗ ਸਲਾਈਡ ਦੇਖੀ ਸੀ, ਤਾਂ ਉਹਦੇ ਵਿੱਚ ਇਹ ਕੁਸ਼ਚਨ ਆਇਆ ਸੀ ਵੀ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਫਾਂਸੀ ਕਿੱਥੇ ਦਿੱਤੀ ਗਈ ਸੀ? ਜਿਹੜੀ ਭਗਤ ਸਿੰਘ ਨੂੰ ਜਿਹੜੀ ਫਾਂਸੀ ਕਿੱਥੇ ਦਿੱਤੀ ਗਈ ਸੀ, ਠੀਕ ਹੈ, ਕਿੱਥੇ ਦਿੱਤੀ ਗਈ? ਇਹ 28 ਸਪਤੰਬਰ ਨੂੰ ਜੋ ਮੋਰਨਿੰਗ ਸਲਾਈਡ ਆਈ ਸੀ ਉਸ ਦੇ ਵਿੱਚ ਜਿਹੜਾ ਪੂਰੀ ਡਿਟੇਲ ਦੇ ਵਿੱਚ ਲਿਖਿਆ ਹੋਇਆ ਸੀ। ਜੇ ਤੁਸੀਂ ਉਹ ਮੋਰਨਿੰਗ ਸਲਾਈਡ ਦੇਖੀ ਹੈ ਤਾਂ ਤੁਹਾਨੂੰ ਜ਼ਰੂਰ ਯਾਦ ਹੋਊਗਾ। ਬੈਕ ਡੇਟਾਂ ਦੇ ਵਿੱਚੋਂ ਆਪਾਂ ਕੁਸ਼ਚਨ ਪੁੱਛਦੇ ਹਾਂ, ਦੁਬਾਰਾ ਫਿਰ ਕੁਸ਼ਚਨ ਸੁਣ ਲਓ ਵੀ ਭਗਤ ਸਿੰਘ ਜੀ ਨੂੰ ਜਿਹੜੀ, ਸ਼ਹੀਦ ਭਗਤ ਸਿੰਘ ਨੂੰ ਜਿਹੜੀ ਫਾਂਸੀ ਕਿੱਥੇ ਦਿੱਤੀ ਗਈ ਸੀ। ਅਤੇ ਉਸ ਤੋਂ ਬਾਅਦ ਆਪਾਂ ਅੱਗੇ ਕਰਾਂਗੇ, ਆਓ ਬੁਝੀਏ ਅੱਜ ਦੀ ਬੁਝਾਰਤ। ਅੱਜ ਦੀ ਬੁਝਾਰਤ ਹੈ ਪਿਆਰੇ ਬੱਚੋ, ਹਰੀ ਹਰੀ ਲਾਲ ਲੱਗਦੀ ਸੀ ਸੋਹਣੀ, ਮੂੰਹ ਵਿੱਚ ਪਾਲੀ ਬੜੀ ਹੋਈ ਅਣਹੋਣੀ। ਤਾਂ ਇਹ ਪਿਆਰੇ ਬੱਚੋ ਹੁੰਦਾ ਜਿਹੜੀ ਮਿਰਚ, ਉਹ ਹਰੀ ਹਰੀ ਵੀ ਹੁੰਦੀ ਹੈ ਅਤੇ ਲਾਲ ਲਾਲ ਵੀ ਹੁੰਦੀ ਹੈ, ਦੇਖਣ ਨੂੰ ਬੜੀ ਸੋਹਣੀ ਲੱਗਦੀ ਹੈ, ਜੇ ਮੂੰਹ 'ਚ ਪਾ ਲਓ ਤਾਂ ਬਹੁਤ ਜ਼ਿਆਦਾ ਤਿੱਖੀ ਲੱਗਦੀ ਹੈ। ਤਾਂ ਅੱਗੇ ਆਪਾਂ ਕਰਾਂਗੇ ਵਰਡ ਫੋਰ ਪ੍ਰੈਕਟਿਸ ਅੱਜ ਦੇ ਇੰਗਲਿਸ਼ ਦੇ ਵਰਡ। ਤਾਂ ਹਾਂਜੀ ਪਿਆਰੇ ਬੱਚੋ, ਅੱਜ ਦਾ ਜਿਹੜਾ ਪਹਿਲਾ ਇੰਗਲਿਸ਼ ਦਾ ਵਰਡ ਹੈ ਉਹ ਹੈ ਬ੍ਰੇਕਫਾਸਟ।
BREAK ਬ੍ਰੇਕਫਾਸਟ। ਬ੍ਰੇਕਫਾਸਟ ਕੀ ਹੈ? ਸੁਬਹਾ ਦਾ ਜਿਹੜਾ ਨਾਸ਼ਤਾ ਹੁੰਦਾ ਹੈ, ਉਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਹਾਂ ਬ੍ਰੇਕਫਾਸਟ। ਤਾਂ ਪਿਆਰੇ ਬੱਚੋ, ਬ੍ਰੇਕਫਾਸਟ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਜੋ ਤੁਸੀਂ ਸੁਬਹਾ ਪੰਜਾਬ ਦੇ ਵਿੱਚ ਫੇਮਸ ਬ੍ਰੇਕਫਾਸਟ ਹੈਗਾ ਪਰੌਂਠੇ। ਜਿਹੜੇ ਪਰੌਂਠੇ ਸੁਬਹਾ ਤੁਸੀਂ ਖਾ ਕੇ ਆਉਂਦੇ ਹੋ, ਸਰਦੀਆਂ ਵਿੱਚ ਬਹੁਤ ਜ਼ਿਆਦਾ ਚੱਲਦੇ ਆ ਆਲੂ ਵਾਲੇ, ਗੋਭੀ ਵਾਲੇ, ਤਾਂ ਅਲੱਗ ਅਲੱਗ ਜਗ੍ਹਾ 'ਤੇ ਅਲੱਗ ਅਲੱਗ ਜਿਹੜਾ ਬ੍ਰੇਕਫਾਸਟ ਚੱਲਦਾ। ਮੇਨ ਕੀ ਹੈ ਵੀ ਸੁਬਹਾ ਕੁਛ ਨਾ ਕੁਛ ਖਾ ਕੇ ਆਉਣਾ ਚਾਹੀਦਾ। ਹਮੇਸ਼ਾ ਮੈਂ ਬੱਚਿਆਂ ਨੂੰ ਕਹਿੰਦਾ, ਪੇਰੈਂਟਸ ਨੂੰ ਵੀ ਕਹਿੰਦਾ, ਬੱਚੇ ਨੂੰ ਸੁਬਹਾ ਕੁਛ ਨਾ ਕੁਛ ਖਵਾ ਜਿਹੜਾ ਖਾਣਾ ਖਵਾ ਕੇ ਸਕੂਲ ਭੇਜਿਆ ਜਾਵੇ। ਸੁਬਹਾ ਦਾ ਜਿਹੜਾ ਨਾਸ਼ਤਾ ਬੱਚਿਆਂ ਲਈ ਬਹੁਤ ਜ਼ਰੂਰੀ ਹੁੰਦਾ ਹੈ, ਬੱਚਿਆਂ ਲਈ ਕੀ ਹਰ ਇੱਕ ਇਨਸਾਨ ਲਈ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਉਸਨੇ ਪੂਰੇ ਦਿਨ ਆਪਣੇ ਸਰੀਰ ਨੂੰ ਜਿਹੜੀ ਊਰਜਾ ਪ੍ਰਦਾਨ ਕਰਨੀ ਹੁੰਦੀ ਹੈ। ਉਸ ਤੋਂ ਬਾਅਦ ਹੈ ਲੰਚ, LUNCH ਲੰਚ। ਲੰਚ ਕੀ ਹੈ? ਦੁਪਹਿਰ ਦਾ ਖਾਣਾ। ਆਹ ਦੇਖ ਰਹੇ ਹੋ ਬੱਚੋ, ਦੁਪਹਿਰ ਦਾ ਖਾਣਾ ਜਿਸ ਵਿੱਚ ਰੋਟੀ ਅਤੇ ਇਹ ਜਿੱਦਾਂ ਰਾਜਸਥਾਨ ਦੇ ਤੁਸੀਂ ਜਾਓਗੇ ਤਾਂ ਉੱਥੇ ਬਹੁਤ ਸਾਰੇ ਜਿਹੜੀਆਂ ਸਬਜ਼ੀਆਂ ਦੇਖਣ ਨੂੰ ਮਿਲਦੀਆਂ ਨੇ। ਤਾਂ ਜਿਹੜਾ ਦੁਪਹਿਰ ਦਾ ਖਾਣਾ ਬੱਚਿਆਂ ਨੂੰ ਜਿਹੜਾ ਪੌਸ਼ਟਿਕ ਆਹਾਰ ਦਿੱਤਾ ਜਾਂਦਾ ਸਕੂਲਾਂ ਦੇ ਵਿੱਚ, ਮਿਡ ਡੇ ਮੀਲ ਵਾਲਾ ਖਾਣਾ ਵੀ ਬੱਚਿਆਂ ਨੂੰ ਖਾਣਾ ਚਾਹੀਦਾ, ਕਿਉਂਕਿ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਉਹਦਾ ਮੈਨੂ ਡਿਸਾਈਡ ਕੀਤਾ ਹੁੰਦਾ ਗਵਰਨਮੈਂਟ ਵੱਲੋਂ, ਅਤੇ ਉਸ ਹਿਸਾਬ ਨਾਲ ਸਕੂਲਾਂ ਦੇ ਵਿੱਚ ਖਾਣਾ ਵਾ। ਤਾਂ ਉਹ ਸਕੂਲ ਦੇ ਵਿੱਚ ਜੇ ਮੰਨ ਲਓ ਚਣੇ ਬਣਦੇ ਆ, ਪ੍ਰੋਟੀਨ ਭਰਪੂਰ ਹੈ, ਦਾਲਾਂ ਵੀ ਪ੍ਰੋਟੀਨ ਭਰਪੂਰ ਹੈ, ਤਾਂ ਬੱਚੇ ਦੇ ਵਿਕਾਸ ਵਾਸਤੇ ਬਹੁਤ ਜ਼ਰੂਰੀ ਹੈ, ਬੱਚੇ ਨੂੰ ਮਿਡ ਡੇ ਮੀਲ ਵੀ ਖਾਣਾ ਚਾਹੀਦਾ। ਉਸ ਤੋਂ ਬਾਅਦ ਹੈ ਡਿਨਰ, DINNER, ਡਿਨਰ। ਡਿਨਰ ਕੀ ਹੁੰਦਾ? ਰਾਤ ਦਾ ਖਾਣਾ। ਤਾਂ ਪਿਆਰੇ ਬੱਚੋ, ਰਾਤ ਦਾ ਜਿਹੜਾ ਖਾਣਾ ਉਹ ਵੀ ਤੁਹਾਨੂੰ ਖਾਣਾ ਚਾਹੀਦਾ, ਪਰ ਸਮੇਂ ਤੋਂ ਮਤਲਬ ਸੌਣ ਤੋਂ 1-1.5-2 ਘੰਟੇ ਪਹਿਲੇ। ਜੇ ਰਾਤ ਨੂੰ ਤੁਸੀਂ 8 ਵਜੇ ਸੌਂਦੇ ਹੋ ਤਾਂ ਸ਼ਾਮ ਨੂੰ 6:30-7 ਵਜੇ ਤੱਕ ਤੁਸੀਂ ਉਹ ਖਾਣਾ ਖਾ ਲਿਆ ਕਰੋ, ਕਿਉਂਕਿ 1-2 ਘੰਟੇ ਫਿਰ ਆਪਾਂ ਥੋੜ੍ਹਾ ਬਹੁਤਾ ਤੁਰਨੇ ਹਾਂ ਤਾਂ ਖਾਣਾ ਵਧੀਆ ਜਿਹੜਾ ਡਾਈਜੈਸਟ ਹੋ ਜਾਂਦਾ, ਪਚ ਜਾਂਦਾ ਹੈ। ਅਤੇ ਰਾਤ ਨੂੰ ਖਾਣਾ ਜਿਹੜਾ ਹਲਕਾ ਖਾਣਾ ਚਾਹੀਦਾ, ਮਤਲਬ ਘੱਟ ਖਾਣਾ ਚਾਹੀਦਾ। ਜੇ ਦੁਪਹਿਰ ਨੂੰ ਤੁਸੀਂ 2-3 ਰੋਟੀਆਂ ਖਾਂਦੇ ਹੋ ਤਾਂ ਰਾਤ ਨੂੰ ਤੁਹਾਨੂੰ 1-1.5 ਰੋਟੀ ਹੀ ਖਾਣੀ ਚਾਹੀਦੀ ਹੈ। ਅਤੇ ਇਹ ਰਾਤ ਦਾ ਖਾਣਾ। ਉਸ ਤੋਂ ਬਾਅਦ ਆ ਗਿਆ ਮੀਲਸ, MELS, ਮੀਲਸ। ਮੀਲਸ ਕੀ ਹੈ? ਭੋਜਨ। ਕਿਸੇ ਆਹ ਜਿਹੜੇ ਸਾਰੇ ਭੋਜਨਾਂ ਦੀ ਆਪਾਂ ਉੱਤੇ ਗੱਲ ਕੀਤੀ ਹੈ, ਹਰ ਪ੍ਰਕਾਰ ਦਾ ਜੋ ਭੋਜਨ ਆਪਾਂ ਖਾਂਦੇ ਹਾਂ ਉਸ ਨੂੰ ਇੰਗਲਿਸ਼ ਦੇ ਵਿੱਚ ਆਪਾਂ ਕਹਿੰਦੇ ਹਾਂ ਮੀਲਸ। ਉਸ ਤੋਂ ਬਾਅਦ ਹੈ ਹੈਲਥੀ, HELTHY। ਹੈਲਥੀ ਕੀ ਹੁੰਦਾ? ਸਿਹਤਮੰਦ। ਇਹ ਵੀ ਵਰਡ ਹੁਣ ਆਪਣੀ ਸਾਰੀਆਂ ਖਾਣੇ ਦੇ ਚੀਜ਼ਾਂ ਦੇ ਨਾਲ ਜੁੜਿਆ ਹੋਇਆ। ਜੇ ਆਪਾਂ ਚੰਗਾ ਖਾਣਾ ਖਾਵਾਂਗੇ, ਟਾਈਮ ਸਿਰ ਖਾਣਾ ਖਾਵਾਂਗੇ, ਤਾਂ ਆਪਾਂ ਹੈਲਥੀ ਰਹਾਂਗੇ, ਆਪਾਂ ਬਿਮਾਰ ਨਹੀਂ ਹੋਵਾਂਗੇ। ਜੇ ਆਪਾਂ ਹੈਲਥੀ ਰਹਾਂਗੇ, ਬਿਮਾਰ ਨਹੀਂ ਹੋਵਾਂਗੇ, ਤਾਂ ਆਪਾਂ ਡੇਲੀ ਸਕੂਲ ਆਵਾਂਗੇ, ਡੇਲੀ ਪੜ੍ਹਾਈ ਕਰਾਂਗੇ, ਆਪਾਂ ਖੁਸ਼ ਰਹਾਂਗੇ। ਤੁਸੀਂ ਖੁਦ ਦੇਖਦੇ ਹੋ, ਜਿਸ ਦਿਨ ਤੁਸੀਂ ਖੁਸ਼ ਹੁੰਦੇ ਹੋ, ਤੰਦਰੁਸਤ ਹੁੰਦੇ ਹੋ, ਕਦੇ ਬਿਮਾਰ ਨਹੀਂ ਹੁੰਦੇ, ਤੁਹਾਡਾ ਕਿੰਨਾ ਵਧੀਆ ਮਨ ਕਰਦਾ ਖੇਡਣ ਨੂੰ, ਪੜ੍ਹਨ ਨੂੰ। ਪਰ ਜੇ ਥੋੜ੍ਹਾ ਜਿਹਾ ਵੀ ਤੁਹਾਨੂੰ ਜ਼ੁਕਾਮ ਹੋਵੇ ਜਾਂ ਸਿਰ ਦਰਦ ਹੋਵੇ ਤਾਂ ਤੁਹਾਡਾ ਬਿਲਕੁਲ ਵੀ ਕਿਸੇ ਕੰਮ ਕਰਨ ਨੂੰ ਮਨ ਨਹੀਂ ਕਰਦਾ। ਤਾਂ ਇਸ ਕਰਕੇ ਜਿਹੜਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਤਾਂ ਸਿਹਤਮੰਦ ਉਦੋਂ ਹੀ ਰਹੋਗੇ ਜਦੋਂ ਆਹ ਤਿੰਨੋਂ ਟਾਈਮ ਦਾ ਤੁਸੀਂ ਸਮੇਂ ਸਿਰ ਖਾਣਾ ਖਾਓਗੇ, ਵਧੀਆ ਹੈਲਥੀ ਖਾਣਾ ਖਾਓਗੇ। ਬਾਹਰ ਦਾ ਫਾਸਟ ਫੂਡ ਜੋ ਪੈਕਟ ਲੈ ਕੇ ਆਉਂਦੇ ਆ ਬੱਚੇ, ਕਾਫੀ ਮਨਾ ਕਰਦੇ ਆ ਆਪਾਂ ਸਕੂਲ ਦੇ ਵਿੱਚ, ਸਾਰੇ ਟੀਚਰ ਸਾਹਿਬਾਨ ਨੂੰ ਵੀ ਮਨਾ ਕਰਨਾ ਚਾਹੀਦਾ ਪੈਕਟਸ ਨੂੰ, ਇਹ ਬੱਚਿਆਂ ਨੂੰ ਬਹੁਤ ਨੁਕਸਾਨਦਾਇਕ ਨੇ ਉਹਨਾਂ ਦੀ ਸਿਹਤ ਦੇ ਲਈ, ਅਤੇ ਇਹ ਚੀਜ਼ਾਂ ਨਾ ਖਾਇਆ ਕਰੋ ਬੱਚਿਓ। ਅਤੇ ਹਾਂਜੀ ਅਧਿਆਪਕ ਸਾਥੀਓ ਅਤੇ ਪਿਆਰੇ ਬੱਚਿਓ, ਇਹ ਸੀਗੀ 1 ਅਕਤੂਬਰ ਦੀ ਮੋਰਨਿੰਗ ਸਲਾਈਡ। ਅਤੇ ਹਰ ਰੋਜ਼ ਦੀ ਤਰ੍ਹਾਂ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਕਿ ਇਸ ਮੋਰਨਿੰਗ ਸਲਾਈਡ ਨੂੰ ਬੱਚਿਆਂ ਦੇ ਵਟਸਐਪ ਗਰੁੱਪ 'ਚ ਜ਼ਰੂਰ ਸ਼ੇਅਰ ਕਰਿਆ ਕਰੋ, ਤਾਂ ਜੋ ਬੱਚੇ ਘਰ ਤੋਂ ਹੀ ਮੋਰਨਿੰਗ ਸਲਾਈਡ ਨੂੰ ਵਧੀਆ ਤਰੀਕੇ ਦੇ ਨਾਲ ਸੁਣ ਕੇ, ਸਿੱਖ ਕੇ, ਸਮਝ ਕੇ ਆਉਣ, ਅਤੇ ਅਗਲੇ ਦਿਨ ਮੋਰਨਿੰਗ ਸਲਾਈਡ ਮੋਰਨਿੰਗ ਅਸੈਂਬਲੀ ਦੇ ਵਿੱਚ ਵਧੀਆ ਵਧੀਆ ਜਿਹੜੇ ਕੁਸ਼ਚਨ ਆਨਸਰ ਕਰਨ। ਅਤੇ ਇਸ ਤੋਂ ਇਲਾਵਾ ਤੁਸੀਂ ਪ੍ਰੋਜੈਕਟਰ 'ਤੇ ਲਗਾ ਕੇ ਬੱਚਿਆਂ ਨੂੰ 10 ਮਿੰਟ ਤੱਕ ਵੀਡੀਓ ਦਿਖਾ ਸਕਦੇ ਹੋ, ਕਿਉਂਕਿ ਆਪਾਂ ਹਰ ਇੱਕ ਜਿਹੜੀ ਮੋਰਨਿੰਗ ਸਲਾਈਡ ਹੈ ਵਿਦ ਇਮੇਜ ਇਫੈਕਟ ਦੇ ਨਾਲ, ਮਤਲਬ ਫੋਟੋ ਦਿਖਾ ਕੇ ਆਪਾਂ ਬਣਾਉਂਦੇ ਹਾਂ, ਜੋ ਕਿ ਬੱਚਿਆਂ ਲਈ ਬਹੁਤ ਲਾਈਵ ਆਉਂਦੇ, ਬੱਚੇ ਬਹੁਤ ਸੋਹਣੇ ਤਰੀਕੇ ਨਾਲ ਸਮਝਦੇ ਨੇ। ਤੁਸੀਂ ਸਿਰਫ ਲਗਾ ਦੇਣੀ ਆ, ਬੱਚੇ ਸੁਣ ਕੇ ਆਪਣੇ ਆਪ ਜਿਹੜਾ ਸਾਰਾ ਕੁਝ ਸਿੱਖ ਜਾਂਦੇ ਹੈ, ਅਤੇ ਬੱਚਿਆਂ ਦੀ ਹੈਲਪ ਹੁੰਦੀ ਹੈ। ਪੇਪਰ ਦੇ ਵਿੱਚ ਕੁਸ਼ਚਨ ਆਉਂਦੇ ਹੈ,
ਉੱਦਾਂ ਵੀ ਬੱਚਿਆਂ ਦੀ ਜਿਹੜੀ GK ਦਾ ਲੈਵਲ ਬਹੁਤ ਇੰਪਰੂਵ ਹੋ ਜਾਂਦਾ, ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਲਈ ਬਹੁਤ ਹੀ ਲਾਹੇਵੰਦ ਹੈ। ਅਤੇ ਅੱਜ ਦੇ ਸਮੇਂ ਵਿੱਚ ਬੱਚੇ ਨੂੰ ਜਿਹੜਾ ਲੇਟੈਸਟ GK ਦੇ ਨਾਲ ਜੁੜਨਾ ਚਾਹੀਦਾ, ਜੋ ਕਿ ਡੇਲੀ ਮੋਰਨਿੰਗ ਸਲਾਈਡ ਦੇ ਵਿੱਚ ਹੁੰਦੀ ਹੈ। ਇੰਨੀਆਂ ਗੱਲਾਂ ਦੇ ਨਾਲ ਧੰਨਵਾਦ, ਮਿਲਾਂਗੇ ਅਗਲੀ ਵੀਡੀਓ ਦੇ ਵਿੱਚ।